ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਝੋਨੇ ਦੀ ਫਸਲ ਆ ਜਿਹੜੀ ਉਹ ਪੱਕਣ ਵੱਲ ਨੂੰ ਜਾ ਰਹੀ ਹੈ ਦਸਾਰਾ ਹੋ ਰਿਹਾ ਜਾਂ ਨਿਸਰ ਚੁੱਕੀ ਆ ਕਈ ਜਗ੍ਹਾ ਦੇ ਉੱਤੇ ਕਈ ਜਗ੍ਹਾ ਤੇ ਉੱਤੇ ਨਿਸਰਨਾ ਸ਼ੁਰੂਆਤ ਹੋ ਚੁੱਕੀ ਆ ਜਿਹੜੇ ਕਿਸਾਨ ਵੀਰਾਂ ਨੇ ਜਿਹੜਾ ਥੋੜਾ ਲੇਟ ਲਾਇਆ ਸੀ ਝੋਨਾ ਤੇ ਅਜੇ ਜਿਹੜਾ ਹੈਗਾ ਅਕਤੂਬਰ ਦੇ ਵਿੱਚ ਜਿਹੜੀ ਹੈਗੀ ਆ ਸਤੰਬਰ ਐਂਡ ਤੱਕ ਜਾਂ ਅਕਤੂਬਰ ਦੇ ਵਿੱਚ ਜਿਹੜੀ ਇਹਦੀ ਝੋਨੇ ਦੀ ਵਾਢੀ ਹੋਵੇਗੀ ਸਤੰਬਰ ਦੇ ਅੱਧ ਤੋਂ ਜਿਹੜੀਆਂ ਹੈਗੀਆਂ ਜਿਹੜੀਆਂ ਵੈਰਾਈਟੀਆਂ ਹੁਣ ਪੱਕਣ ਦੇ ਨੇੜੇ ਨੇ ਜਿਨ੍ਹਾਂ ਦੇ ਵਿੱਚ ਮੁੰਜਰਾ ਮੜ ਚੁੱਕੀਆਂ ਨੇ ਕਿਸਾਨ ਵੀਰਾਂ ਦੇ ਸਵਾਲ ਜਿਹੜੇ ਕਣਕ ਦੀਆਂ ਕਿਸਮਾਂ ਬਾਰੇ ਜਿਹੜੇ ਆਉਣੇ ਸ਼ੁਰੂ ਹੋਗੇ ਅਜੇ ਹੈ ਥੋੜੀ ਜਲਦੀ ਆ ਕਿਸਾਨ ਵੀਰੋ ਕਿਉਂਕਿ ਜਿਹੜਾ ਝੋਨੇ ਦੀ ਫਸਲ ਆ ਜੇ ਖੇਤ ਚ ਖੜੀ ਆ ਉਹ ਆਪਾਂ ਪਹਿਲਾਂ ਵੱਢਣੀ ਆ ਫਿਰ ਸਾਂਭਣੀ ਆ ਫਿਰ ਜਿਹੜੀ ਬਿਜਾਈ ਸ਼ੁਰੂ ਹੋਣੀ ਆ ਕਣਕ ਦੀ ਬਿਜਾਈ ਆ ਜਿਹੜੀ ਅਕਤੂਬਰ ਦੇ ਆਖਰੀ ਹਫ਼ਤੇ ਜਿਹੜੀ ਤਕਰੀਬਨ ਸ਼ੁਰੂ ਹੁੰਦੀ ਹੈ ਤੇ ਨਵੰਬਰ ਦੇ ਵਿੱਚ ਪੂਰਾ ਜ਼ੋਰ ਹੁੰਦਾ ਹੈ ਕਣਕ ਦੀ ਬਜਾਈ ਦਾ ਚਲੋ ਜੇ ਤੁਹਾਡੇ ਸਵਾਲ ਆਉਂਦੇ ਤਾਂ ਉਹਦੇ ਬਾਰੇ ਮੈਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਇਸ ਵੀਡੀਓ ਵਿੱਚ ਸਾਂਝੀ ਕਰੂੰਗਾ ਕਿ ਪਿਛਲੇ ਸਾਲਾਂ ਦਾ ਕੀ ਰੁਝਾਨ ਆ ਤੇ ਕਿਸਾਨ ਵੀਰਾਂ ਦਾ ਇਸ ਸਾਲ ਕੀ ਜਿਹੜਾ ਰੁਝਾਨ ਰਹਿ ਸਕਦਾ ਤੇ ਤੁਹਾਨੂੰ ਕੀ ਕੀ ਜਿਹੜਾ ਹੈਗਾ ਸਾਵਧਾਨੀਆਂ ਜਿਹੜੀਆਂ ਵੀ ਖਰੀਦਣ ਵੇਲੇ ਜਾਂ ਤੁਸੀਂ ਜਿਹੜਾ ਹੈਗਾ ਆਪਣਾ ਬੀਜੇ ਰੱਖਣਾ ਤਾਂ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਚੈਨਲ ਸਬਸਕ੍ਰਾਈਬ ਕਰ ਸਕਦੇ ਨਾਲ ਬੈਲ ਵਾਲਾ ਪਟੰਡਾ ਆਪ ਸਕਦੇ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਾਲ ਵੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਸੋ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਜਿਵੇਂ ਹਜੇ ਕਣਕ ਦੀ ਜਿਹੜੀ ਬਜਾਈ ਆ ਅਕਤੂਬਰ ਦੇ ਆਖਰੀ ਹਫਤੇ ਜਿਹੜੀ ਹੈਗੀ तकरीबन ਸ਼ੁਰੂ ਹੁੰਦੀ ਹੈ ਤੇ ਸਹੀ ਸਮਾਂ ਵੀ ਇਹੀ ਆ ਅਕਤੂਬਰ ਦੇ ਆਖਰੀ ਹਫਤੇ ਜਾਂ ਨਵੰਬਰ ਦੇ ਵਿੱਚ ਕਿਉਂਕਿ ਜੇ ਦਾ ਟੈਂਪਰੇਚਰ ਜੇ ਉੱਚਾ ਹੋਊਗਾ ਤਾਂ ਆਪਾਂ ਜਿੰਨੀ ਲੇਟ ਬਜਾਈ ਕਰਾਂਗੇ ਘੱਟ ਤਾਪਮਾਨ ਦੇ ਵਿੱਚ ਤਾਂ ਉਨੀ ਜਿਹੜੀ ਚੰਗੀ ਰਹਿੰਦੀ ਹੈ ਕਿਸਮਾਂ ਦੇ ਵਿੱਚ ਹਰ ਸਾਲ ਜਿਹੜੀਆਂ ਕੋਈ ਨਾ ਕੋਈ ਕਿਸਮਾਂ ਚਾਹੇ ਉਹ आईसीआर ਵੱਲੋਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਵੱਲੋਂ ਜਾਂ ਉਹਨਾਂ ਦੇ ਖੇਤੀ ਖੋਜ ਸੰਸਥਾਨ ਨੇ ਜਿਵੇਂ ਕਰਨਾਲ ਜਾਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਵਾਸਤੇ ਜਿਹੜੇ ਹੈਗੇ ਆ ਸੁਧਰੀਆਂ ਨਵੀਆਂ ਕਿਸਮਾਂ ਵੱਧ ਝਾੜ ਦੇਣ ਵਾਲੀਆਂ ਹਰ ਸਾਲ ਕੋਈ ਨਾ ਕੋਈ ਜਿਹੜੀ ਦਿੱਤੀ ਜਾਂਦੀ ਹੈ ਜਿਹੜੇ ਸਾਲ ਕਿਸਮ ਜਿਹੜੀ ਨੋਟੀਫਾਈ ਕੀਤੀ ਜਾਂਦੀ ਹੈ ਰਿਲੀਜ਼ ਕੀਤੀ ਜਾਂਦੀ ਹੈ ਉਸ ਸਾਲ ਜਿਹੜਾ ਬੀ ਹੈ ਉਹ ਜਿਹੜਾ ਸੀਮਤ ਮਾਤਰਾ ਦੇ ਵਿੱਚ ਉਪਲਬਧ ਹੁੰਦਾ ਹੈ ਪਰ ਕਿਸਾਨ ਵੀਰ ਕਿਸਾਨ ਵੀਰਾਂ ਦਾ ਜਿਹੜਾ ਰੁਝਾਨ ਹੁੰਦਾ ਜਦੋਂ ਹੀ ਨਵੀਂ ਜਿਹੜੀ ਕਿਸਮ ਆ ਜਿਹੜੇ ਸਾਲ ਰੀਲீஸ் ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਬੀਜ ਖਰੀਦੀਏ ਤੇ ਬੀਜੀਏ ਜਦ ਕਿ ਭਾਵੇਂ ਪਿਛਲੀਆਂ ਪਿਛਲੇ ਸਾਲਾਂ ਚ ਪ੍ਰਾਣੀਆਂ ਕਿਸਮਾਂ ਦਾ ਝਾੜ ਭਾਵੇਂ ਪੂਰਾ ਚੰਗਾ ਰਿਹਾ ਹੋਵੇ ਪਰ ਨਵੇਂ ਬੀਜਾਂ ਦੇ ਰੁਝਾਨ ਦੇ ਚੱਕਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਿਹੜੀ ਆਪਾਂ ਮੰਗ ਵਧਾ ਦਿੰਨੇ ਆ ਜਿਵੇਂ ਹੁਣ ਪਹਿਲਾਂ ਹੀ ਜਿਹੜਾ ਆਪਾਂ ਪਤਾ ਕਰ ਲਾ ਪਏ ਨੇ ਆ ਵੈਰੈਟੀ ਸਾਨੂੰ ਜਿਹੜੀ ਨਵੀਂ ਕਿਸਮ ਆ ਜਦੋਂ ਮੰਗ ਵਧ ਜਾਂਦੀ ਹੈ ਤਾਂ ਉਹਦੇ ਵਿੱਚ ਤੁਹਾਡੇ ਨਾਲ ਜਿਹੜਾ ਹੈਗਾ ਕਈ ਵਾਰ ਧੋਖਾਖੜੀ ਵੀ ਹੋ ਸਕਦੀ ਹੈ ਤੁਹਾਨੂੰ ਗਲਤ ਵੈਰਾਈਟੀ ਵੀ ਮਿਲ ਸਕਦੀ ਕਿਉਂਕਿ ਫਿਰ ਤੁਸੀਂ ਪਿਛਲੇ ਸਾਲ ਜਿਹੜਾ ਦੇਖਣ ਹੋਇਆ ਕੁਝ ਕਿਸਾਨ ਵੀਰ ਤਾਂ ਬਹੁਤ ਜ਼ਿਆਦਾ ਜਾਗਰੂਕ ਹੈ ਜ਼ਿਆਦਾਤਰ ਕਿਸਾਨ ਵੀਰ ਜਾਗਰੂਕ ਹੈ ਕੋਈ ਕਿਸਾਨ ਵੀਰ ਹੈ ਜਿਹੜਾ ਨਵੀਂ ਕਿਸਮ ਦੇ ਚੱਕਰ ਚ ਨਾ ਉਹ ਪੈਕਿੰਗ ਦੇਖਦੇ ਆ ਨਾ ਪੱਕਾ ਬੈਲ ਲੈਂਦੇ ਆ ਨਾ ਟੈਗ ਚੈੱਕ ਕਰਦੇ ਆ ਤੇ ਨਵੀਂ ਕਿਸਮ ਬਸ ਕਹਿ ਕੇ ਤੁਹਾਨੂੰ ਜਿਹੜਾ ਹੈਗਾ ਰੇਟ ਵੀ ਤੁਸੀਂ ਜਿਹੜਾ ਹਾਈ ਤੇ ਲੈਨੇ ਆ ਤੇ ਕੋਈ ਉਹਦਾ ਜਿਹੜਾ ਹੈਗਾ অথেন্টিਕੇਸ਼ਨ ਵੀ ਨਹੀਂ ਹੁੰਦੀ ਸੋ ਇਹ ਤਾਂ ਪਹਿਲਾਂ ਆਪਾਂ ਨੂੰ ਧਿਆਨ ਦੇਣ ਦੇ ਯੋਗ ਨੁਕਤਾ ਹੈਗਾ ਕਿ ਜਦੋਂ ਨਵੀਂ ਕਿਸਮ ਕੋਈ ਆਉਂਦੀ ਆ ਤਾਂ ਉਹ 1-2 ਸਾਲਾਂ ਦੇ ਵਿੱਚ ਬੀਜ ਤੁਹਾਨੂੰ ਵੱਧੂ ਮਾਤਰਾ 'ਚ ਉਪਲਬਧ ਹੋ ਜਾਂਦਾ ਜਿਹੜੇ ਹੈਗੇ ਆ ਖੇਤੀਬਾੜੀ ਯੂਨੀਵਰਸਿਟੀ ਅਲੋਧ ਜਾਂ ਆਈਸੀਆਰਲ ਨੂੰ ਬੀਜ ਜਿਹੜਾ ਮਲਟੀਪਲਾਈ ਕਰਕੇ ਤੇ ਤੁਹਾਨੂੰ ਉਪਲਬਧ 1-2 ਸਾਲਾਂ ਦੇ ਵਿੱਚ ਪੂਰਾ ਹੋ ਜਾਂਦਾ ਪਹਿਲੇ ਸਾਲਾਂ ਦੇ ਵਿੱਚ ਤੁਹਾਨੂੰ ਜਿਹੜੇ ਥੋੜਾ ਬੀਜ ਦਿੱਤਾ ਜਾਂਦਾ ਥੋੜੀ ਪੈਕਿੰਗ ਦਿੱਤੀ ਜਾਂਦੀ ਤਾਂ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਆਪਣੇ ਏਰੀਆ 'ਚੋਂ ਬੀਜ ਕੇ ਦੇਖੋ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆਸਤ ਝਾੜ ਕੀ ਪੈਂਦਾ ਉਹਦੇ ਵਿੱਚ ਕੀ ਮੁਸ਼ਕਲਾਂ ਤੁਹਾਡੇ ਏਰੀਆ ਦੇ ਦੌਰਾਨ ਜਿਹੜੀਆਂ ਹੈਗੀਆਂ ਉੱਥੇ ਮੌਸਮ ਦੇ ਹਿਸਾਬ ਨਾਲ ਕੀ ਆਉਂਦੀਆਂ ਤਾਂ ਕਿ ਤੁਹਾਨੂੰ ਤਜਰਬਾ ਵੀ ਹੋ ਜੇ ਤੇ ਜੇ ਤੁਹਾਡੇ ਏਰੀਏ ਦੇ ਵਿੱਚ ਕੋਈ ਜਿਹੜਾ ਮੌਸਮ ਦੇ ਪ੍ਰਭਾਵ ਨਾਲ ਕੋਈ ਫਸਲ ਦੇ ਉੱਤੇ ਵੱਧ ਘੱਟ ਪ੍ਰਭਾਵ ਕੋਈ ਮੌਸਮ ਦਾ ਪੈਂਦਾ ਉਹਦੇ ਨਾਲ ਤੁਹਾਡਾ ਜੇ ਝਾੜ ਐਵਰੇਜ ਰਹਿੰਦਾ ਘੱਟ ਰਹਿੰਦਾ ਤੁਹਾਨੂੰ ਪੂਰੀ ਜਾਣਕਾਰੀ ਉਹਦੀ ਮਿਲ ਸਕਦੀ ਆਉਂਦੇ ਸਾਲਾਂ 'ਚ ਤੁਸੀਂ ਵਧਾ ਕੇ ਵੇਚ ਸਕਦੇ ਪਰ ਆਪਾਂ ਨੂੰ ਪਹਿਲੇ ਸਾਲ ਦੀ ਹੀ ਦੌੜ ਦੇ ਵਿੱਚ ਵੱਧ ਤੋਂ ਵੱਧ ਵਿੱਚ ਖਰੀਦਣ ਦੇ ਚੱਕਰ ਦੇ ਵਿੱਚ ਆਪਾਂ ਨੂੰ ਕਈ ਵਾਰੀ ਜਿਹੜਾ ਹੈਗਾ ਚੰਗੇ ਮਾੜੇ ਦੀ ਪਛਾਣ ਨਹੀਂ ਰਹਿੰਦੀ ਸੋ ਜਿਹੜਾ ਹੈਗਾ ਪ੍ਰਾਣੀਆਂ ਕਿਸਮਾਂ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਚੰਗੀਆਂ ਕਿਸਮਾਂ ਰਹੀਆਂ ਉਹ ਆਪਾਂ ਆਪ ਦਾ ਘਰ ਦਾ ਬੀਜ ਰੱਖੀਏ ਤਿੰਨ ਚਾਰ ਸਾਲ ਬੀ ਆਪਾਂ ਆਪ ਜੇ ਕਿਸਮ ਜਿਹੜੀ ਹੈਗੀ ਆ ਚੰਗਾ ਸੋਧ ਕੇ ਬੀ ਹਰ ਸਾਲ ਬੀਜਿਏ ਨਦੀਨ ਰਹਿਤ ਨਦੀਨਾ ਦੇ ਬੀਜਾਂ ਤੋਂ ਰਹਿਤ ਬੀ ਤਿਆਰ ਕਰੀਏ ਪ੍ਰੋਪਰਲੀ ਉਹਨੂੰ ਗ੍ਰੇਡ ਲਾ ਗ੍ਰੇਡਿੰਗ ਕਰਕੇ ਪੱਖਾ ਲਵਾ ਕੇ ਬੀ ਸਾਂਭ ਕੇ ਰੱਖੀਆ ਆਪਣਾ ਆਪਣਾ ਬੀ ਆਪਾਂ ਨੂੰ ਤਿੰਨ ਚਾਰ ਸਾਲ ਚੱਲ ਜਾਂਦਾ ਉਸ ਤੋਂ ਬਾਅਦ ਬੀ ਤੁਸੀਂ ਬਦਲ ਸਕਦੇ ਆ ਜਾਂ ਕਿਸੇ ਆਪਣੇ ਭਰਾ ਨਾਲ ਕਿਸਾਨ ਵੀਰ ਨਾਲ ਵਟਾ ਸਕਦੇ ਆ ਆਮ ਤੌਰ ਤੇ ਦੇਖਣ ਚਾਹੀਏ ਕਿ ਜਿਹੜੇ ਕਈ ਜਿਹੜੇ ਹੈਗੇ ਆ ਸੀਡ ਜਿਹੜੀ ਬੀਜ ਕਿਸਾਨ ਵੀਰ ਨਵੀਂ ਵੈਰੈਟੀ ਦਾ ਲੈ ਕੇ ਤੇ ਨਾਲ ਜਿਹੜੇ ਕਿਸਾਨ ਵੀਰਾਂ ਨੂੰ ਉਹ ਵੀ ਜਿਹੜਾ ਮਹਿੰਗੇ ਰੇਟ ਤੇ ਦੇਣ ਦੇ ਚੱਕਰ ਦੇ ਜਿਹੜਾ ਦਿੰਦੇ ਆ ਯਾਤਰ ਇਹ ਵੀ ਆਪਾਂ ਨੂੰ ਜਿਹੜਾ ਹੈਗਾ ਥੋੜਾ ਜਿਆ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ ਕਿ ਬੀਜ ਆ ਜਿਹੜਾ ਤੁਸੀਂ ਇੱਕ ਦੂਜੇ ਨਾਲ ਵਟਾਓ ਜਾਂ ਤੁਸੀਂ ਜਿਹੜੀ ਪੁਰਾਣੀਆਂ ਕਿਸਮਾਂ ਜਿਵੇਂ ਮੈਂ ਤੁਹਾਡੇ ਨਾਲ ਹੁਣ ਗੱਲ ਕਰੂੰਗਾ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਕਿਸਮਾਂ ਜਿਹੜੀਆਂ ਰਹੀਆਂ ਨੇ 2018-19 ਚ 34.20 ਲੱਖ ਹੈਕਟੇਰ ਤੇ ਜਿਹੜੀ ਕਣਕ ਦੀ ਕਾਸ਼ਤ ਹੋਈ ਕਿਸਾਨ ਵੀਰੋ 20 ਕੁਇੰਟਲ 20.70 ਕੁਇੰਟਲ ਦਾ ਝਾੜ ਰਿਹਾ 20.7 ਕੁਇੰਟਲ 2019 ਵਿੱਚ ਪਿਛਲੇ ਸਾਲ 34.90 ਲੱਖ ਜਿਹੜਾ ਹੈਗਾ ਹੈਕਟੇਰ ਤੇ ਕਾਸ਼ਤ ਹੋਈ ਹੈ ਤੇ 20.8 ਕੁਇੰਟਲ ਪ੍ਰਤੀ ਜਿਹੜਾ ਇਕੜ ਝਾੜ ਰਿਹਾ ਕਿਸਾਨ ਵੀਰੋ ਪਹਿਲੇ ਨੰਬਰ ਤੇ ਜਿਹੜੀ ਮੰਗ ਆ ਹੁਣ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ HD 3086 ਕਿਸਮ ਸਭ ਤੋਂ ਵੱਧ ਰਗਵੇ ਤੇ ਪੰਜਾਬ ਚ ਬੀਜੀ ਗਈ ਹੈ ਬਹੁਤ ਚੰਗਾ ਝਾੜ ਰਿਹਾ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ ਬਹੁਤ ਵਧੀਆ ਇਹਦਾ ਝਾੜ ਜਿਹੜਾ ਹੈਗਾ ਰਿਹਾ ਜਿਆਦਾਤਰ ਕਿਸਾਨ ਵੀਰਾਂ ਦੇ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਐਚਡੀ 2967 ਕਿਸਮ ਹੈ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਇਹਦਾ ਰਗ ਵਾਰਿਆ ਤੇ ਹਰਿਆਣੇ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਐਚਡੀ 2967 ਕਿਸਾਨ ਵੀਰਾਂ ਨੇ ਬੀਜੀ ਗਈ ਆਮ ਤੌਰ ਤੇ ਛੋਟੇ ਸਮਾਨਤ ਕਿਸਾਨ ਐਚਡੀ 2967 ਨੂੰ ਬਹੁਤ ਤਰਜੀਹ ਦਿੰਦੇ ਪਰ ਪਿਛਲੇ ਸਾਲ ਇਹਦੇ ਵਿੱਚ ਕਿਤੇ ਕਿਤੇ ਯੈਲੋ ਰਾਸਟ ਦੀ ਪੀਲੀ ਕੁੰਗੀ ਦੀ ਸਮੱਸਿਆ ਦੇਖਣ ਨੂੰ ਮਿਲੀ ਹੈ ਵੈਸੇ ਇਹਦਾ ਝਾੜ ਆ ਜਿਹੜਾ ਉਹ ਚੰਗਾ ਰਿਹਾ ਪਰ ਟੌਪ ਤੇ ਜਿਹੜੀ ਹੈਗੀ ਐਚਡੀ 3086 ਦਾ ਝਾੜ ਬਹੁਤ ਵਧੀਆ ਰਿਹਾ ਇਸ ਤੋਂ ਬਾਅਦ ਜਿਹੜੀ ਨਵੀਂ ਕਿਸਮਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਆਈਸੀਆਰਏ ਨੂੰ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੇ ਪਿਛਲੇ ਸਾਲ ਜਿਹੜਾ ਰਕਬਾ ਜਿਹੜਾ ਜਿੰਨਾ ਕੁ ਬੀ ਮਿਲਿਆ ਕਾਫੀ ਲਾਇਆ ਸੀ ਡੀਵੀਡਬਲ 187 ਇਹਦਾ ਝਾੜ ਤੇ ਦੇ ਵਿੱਚ ਆਪਾਂ ਜੇ ਕਹੀਏ ਤਾਂ ਜਿਹੜੀ ਕਈ ਜਗ੍ਹਾ ਤੇ ਐਚਡੀ 3086 ਤੋਂ ਵੀ ਉੱਪਰ ਗਈ ਹੈ ਤਾਂ ਇਹਦਾ ਝਾੜ ਕਿਸਾਨ ਵੀਰਾਂ ਨੇ 26 26 27 28 28 ਕੁਇੰਟਲ ਤੱਕ ਵੀ ਰਿਹਾ ਐਚਡੀ 3086 ਦਾ ਝਾੜ ਵੀ ਜਿਹੜਾ ਕਿਸਾਨ ਵੀਰਾਂ ਨੇ 25 ਕੁਇੰਟਲ ਤੱਕ ਜਿਹੜਾ ਲਿਆ ਤੇ ਇਹ ਜਿਹੜੀ ਕਿਸਮ ਹੈ ਡੀਵੀਡਬਲ 187 ਵਧੀਆ ਜਿਹੜੀ ਕਿਸਮ ਹੈ ਅਕਤੂਬਰ ਦੇ ਆਖਰੀ ਹਫਤੇ ਜੇ ਆਪਾਂ ਬੀਜ ਦੇ ਸਹੀ ਸਮਾਂ ਹੈ ਦਾ ਤੇ ਆਈਸੀਆਰ ਵੱਲੋਂ ਜਿਹੜੀ ਇਹ ਦਿੱਤੀ ਗਈ ਸੀ ਨੋਟੀਫਾਈ ਕੀਤੀ ਗਈ ਸੀਗੀ ਅ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਰਾਜਸਥਾਨ ਦੇ ਕੋਟਿਆ ਤੇ ਉਦੇਪੁਰ ਡਿਵੀਜ਼ਨਾਂ ਨੂੰ ਛੱਡ ਕੇ ਜੰਮੂ ਕਸ਼ਮੀਰ ਉੱਤਰਾਖੰਡ ਝਾਰਖੰਡ ਓਡੀਸ਼ਾ ਪੱਛਮੀ ਮਗਲ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਮੈਦਾਨੀ ਭਾਗਾਂ ਦੀ ਕਾਸ਼ਤ ਵਾਸਤੇ ਕਸਮ ਦਿੱਤੀ ਗਈ ਬਹੁਤ ਵਧੀਆ ਕਸਮ ਹੈ ਬਸ਼ਰਤੇ ਤੁਹਾਨੂੰ ਜਿਹੜਾ ਬੀਜ ਦਾ ਸੋਰਸ ਹੈ ਜਿੱਥੋਂ ਤੁਸੀਂ ਬੀਜ ਖਰੀਦਣਾ ਉਹ ਚੰਗਾ ਹੋਵੇ ਟੈਗ ਚੈੱਕ ਕਰਕੇ ਪੱਕਾ ਬਿੱਲ ਲੈ ਕੇ ਜੇ ਤੁਸੀਂ ਬੀ ਲਵੋ ਤਾਂ ਜੇ ਤੁਸੀਂ ਪਿਛਲੇ ਸਾਲ ਖੁਦ ਬੀਜੀਆ ਤਾਂ ਇਹਦਾ ਵੀ ਤੁਸੀਂ ਇਸ ਸਾਲ ਹੋਰ ਵਧਾਓ ਜਾਂ ਕਿਸੇ ਆਪਣੇ ਦੋਸਤ ਮਿੱਤਰ ਕਿਸਾਨ ਵੀਰ ਤੋਂ ਲੈ ਸਕਦੇ ਹੋ ਐਚ ਡੀ 31 26 ਦਾ ਨੰਬਰ ਆਉਂਦਾ ਇਸ ਤੋਂ ਬਾਅਦ ਇਹ ਵੀ ਕਿਸਾਨ ਵੀਰੋ ਪਿਛਲੇ ਸਾਲ ਵੀ ਕਿਸਾਨ ਵੀਰਾਂ ਨੇ ਜਿਹੜਾ ਇਹਦਾ ਰਕਬਾ ਬੀਜਿਆ ਸੀ ਜਿੰਨਾ ਕੁ ਬੀ ਮਿਲਿਆ ਕੋਈ ਕਿਸਾਨ ਵੀਰ ਕਰਨਾਲ ਤੋਂ ਲੈ ਕੇ ਆਏ ਪਰ ਇਹਦੇ ਵਿੱਚ ਕਿਤੇ ਕਿਤੇ ਜਿਹੜਾ ਮਗਰੋਂ ਆ ਕੇ ਪੱਤਿਆਂ ਦੀਆਂ ਨੋਕਾਂ ਪੀਲੀਆਂ ਰਹਿਣੀਆਂ ਜਾਂ ਜਿਹੜੇ ਪੱਤੇ ਪੀਲੇ ਪੀਲਾਪਣ ਜਿਹੜਾ ਹੈਗਾ ਖਾਸ ਕਰਕੇ ਜੇ ਪੰਜਾਬ ਦੇ ਵਿੱਚ ਜਿੰਨਾ ਕੁ ਫੀਡਬੈਕ ਮੈਨੂੰ ਕਿਸਾਨ ਵੀਰਾਂ ਨੂੰ ਮਿਲਿਆ ਕਿ ਪਲਤਣ ਜਿਹੜੀ ਪੱਤਿਆਂ ਦੇ ਉੱਤੇ ਕਿਤੇ ਕਿਤੇ ਨਜ਼ਰ ਆਈ ਇਹਦੇ ਕਰਕੇ ਦਾ ਝਾੜ ਡੀਡਬਲਯੂ 187 ਥੋੜਾ ਜਿਹਾ ਡਾਊਨ ਰਿਹਾ ਹੈ ਵੈਸੇ ਜਿਹੜੀ ਓਵਰਆਲ ਇਹਦੀ ਪਰਫਾਰਮੈਂਸ ਵੀ ਚੰਗੀ ਰਹੀ ਹੈ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕਿਸਾਨ ਵੀਰਾਂ ਨੇ ਜਿਹੜੀ ਸਿਫਾਰਿਸ਼ ਮੁਤਾਬਕ ਜਿਵੇਂ ਲਿਓਸੈਨ ਦੀ ਸਪਰੇਅ ਕੀਤੀ ਹੈ ਜਾਂ ਜਿਹਦੇ ਵਿੱਚ ਉਲੀ ਨਾਸ਼ਕਾਂ ਦੀ ਸਪਰੇਅ ਟਾਈਮ ਲਈ ਜਿਨ੍ਹਾਂ ਨੇ ਕੀਤੀ ਹੈ ਇਸ ਤੋਂ ਬਾਅਦ ਉਨਤ ਪੀਬੀਡਬਲਯੂ 343 ਦਾ ਝਾੜ ਵੀ ਬਹੁਤ ਵਧੀਆ ਰਿਹਾ ਕਿਸਾਨ ਵੀਰਾਂ ਨੇ ਜਿਹੜਾ 23 ਕੁਇੰਟਲ ਤੱਕ 24 ਕੁਇੰਟਲ ਤੱਕ ਐਵਰੇਜ ਝਾੜ ਦੇ ਦਾ ਲਿਆ ਆਪਣੇ ਖੇਤ ਦੇ ਵਿੱਚ ਇਸ ਤੋਂ ਇਲਾਵਾ ਕਿਸਾਨ ਵੀਰਾਂ ਨੇ ਜਿਹੜੀਆਂ ਕਿਸਮਾਂ ਜਿਵੇਂ ਪੀ ਵੀ ਡਬਲਯੂ 1 ਜਿੰਕ ਪੀ ਵੀ ਉन्नत ਪੀ ਵੀ ਡਬਲਯੂ 550 ਪੀ ਵੀ ਡਬਲਯੂ 725 ਪੀ ਵੀ ਡਬਲਯੂ 677 ਡਬਲਯੂ ਐਚ 1105 ਇਹਨਾਂ ਦੇ 8 ਵੀਰ ਜਿਹੜਾ ਰਕਬਾ ਪਿਛਲੇ ਸਾਲਾਂ ਦੇ ਵਿੱਚ ਕਾਫੀ ਦੇਖਣ ਨੂੰ ਮਿਲਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਜਿਹੜੀਆਂ ਵੈਰੈਟੀ ਵਾਈਜ਼ ਆ ਜਾਂ ਬੀਜ ਕਦੋਂ ਮਿਲਣਾ ਸ਼ੁਰੂ ਹੋਊਗਾ ਇਹਦੇ ਬਾਰੇ ਮੈਂ ਜਿਹੜਾ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੀ ਕਰਦਾ ਰਹੂੰਗਾ ਮੇਰਾ ਮੇਨ ਮਤਲਬ ਸੀ ਕਿ ਤੁਹਾਨੂੰ ਦੱਸ ਦਿਆਂ ਕਿ ਹਜੇ ਆਪਾਂ ਨੂੰ ਕਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਮਾਂ ਹੈਗਾ ਹਜੇ ਆਪਾਂ ਪਹਿਲੀ ਫਸਲ ਸੰਭੀ ਗਏ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਫਸਲ ਦੀ ਬਿਜਾਈ ਦੇ ਵਿੱਚ ਹਜੇ ਕਾਫੀ ਸਮਾਂ ਹੈਗਾ ਉਸ ਤੋਂ ਬਾਅਦ ਜਦੋਂ ਪੀਏਯੂ ਲੁਧਿਆਣਾ ਵੱਲੋਂ ਬੀਜ ਦੇਣਾ ਸ਼ੁਰੂ ਕੀਤਾ ਜਾਊਗਾ ਚਾਹੇ ਉਹ ਕੇਵੀਕੇਸ ਤੇ ਆ ਜਾਂ ਐਫਐਸਐਸ ਤੇ ਆ ਜਾਂ ਰਿਸਰਚ ਸਟੇਸ਼ਨਾਂ ਤੇ ਆ ਉਹ ਤੁਹਾਨੂੰ ਜਾਣਕਾਰੀ ਨਾਲ ਦੀ ਨਾਲ ਸ਼ੇਅਰ ਕਰਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਵੀਰੋ ਬਹੁਤ ਬਹੁਤ ਧੰਨਵਾਦ